ਕੁੜੀ ਦੀ ਸਫਾਈ ਕਰਦੀ ਗਈ। ਉਹ ਬਸ ਫੋਨ ਨੇ ਮੇਰੀ ਧੀ ਦੀ ਵੱਢ ਟੁੱਕ ਕਰ ਦਿੱਤੀ ਅੰਦਰੋਂ। ਕੋਈ ਮੇਰਾ ਸਾਰਾ ਸੀ, ਮੇਰੀ ਧੀ ਸਾਰਾ। ਬਸ ਮੈਨੂੰ ਆਹ ਚਾਹੀਦਾ ਮੇਰੀ ਧੀ ਦਾ ਕਿਤਾ ਹਾਲਤ ਉਹਨੇ ਕੀਤੀ ਨਾ, ਜਾਂ ਹੋਰ ਧੀ ਨਾ ਹੋਵੇ। ਮੇਰੀ ਧੀ ਦੇ ਅੰਦਰ ਕੱਟ ਲਾ ਦਿੱਤਾ। ਕੁੜੀ ਉੱਚੀ ਉੱਚੀ ਮੈਨੂੰ ਕਹੀ ਗਈ, ਮੰਮੀ ਮੇਰਾ ਢਿੱਡ ਫੁੱਲ ਗਿਆ, ਮੇਰੇ ਢਿੱਡ ਵਿੱਚ ਕਾਚੂ ਮਾਰ, ਮੇਰੇ ਆਹ ਮਾਰ। ਬੜੇ ਧੱਕੇ ਪੁੱਤੇ ਸੀ ਹਸਪਤਾਲਾਂ ਵਿੱਚ, ਬੜੇ ਧੱਕੇ ਮੈਂ ਖਾਧੇ, ਚੁੱਕ ਕੇ ਹੱਥਾਂ 'ਤੇ ਲਈ ਫਿਰਦੇ ਰਹੇ। ਦੋ ਦਿਨ ਇਹਨੇ ਖਾਧਾ ਪੀਤਾ, ਤੀਜੇ ਦਿਨ ਇਹਦੇ ਪੇਟ ਫੁੱਲਣੇ ਚਾਲੂ ਹੋ ਗਏ। ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਬਚਾ। ਮੇਰਾ ਨਰਸ ਨੇ ਨਾ ਅਬੋਰਸ਼ਨ ਕੀਤਾ ਵਾ, ਅਤੇ ਉਹਨੇ ਨਾ ਬੱਚੇ ਨਾਲ ਕੱਟ ਲਾਤਾ ਵਾ, ਫੂਡ ਵਾਲੀ ਨਾੜੀ 'ਚ, ਫੂਡ ਵਾਲੀ ਨਾੜੀ 'ਚ ਕੱਟ ਲਾਤਾ, ਬੱਚੇਦਾਨੀ 'ਚ ਛੇਕ ਕਰਦਾ ਆ। ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੀ ਨਾਲੀ 'ਚ ਕੱਟ ਲੱਗ ਗਿਆ? ਮੇਰੀ ਅਲਟਰਾਸਾਊਂਡ 'ਚ ਆਇਆ। ਕਿਹੜੀ ਨਰਸ ਸੀ, ਕਿੱਥੇ ਰਹਿੰਦੀ ਸੀ, ਕੀ ਗੱਲ ਹੋਈ ਸਾਰਾ ਦੱਸੋ। ਇਹ ਬਟਾਲਾ ਰੋਡ ਵੱਲ ਹੈਗੀ ਆ। ਹਾਂਜੀ, ਉੱਧਰ ਘਰ 'ਚ ਹੀ ਕਰਦੀ ਆ ਟ੍ਰੀਟਮੈਂਟ। ਕੀ ਨਾਮ ਕੀ ਹੈ, ਕਲੀਨਿਕ ਹੈ ਕੀ ਹੈ, ਸਾਰਾ ਦੱਸੋ ਜੀ। ਕਲੀਨਿਕ ਹੈਗਾ ਵਾ, ਪਤਾ ਨਹੀਂ ਕਿੱਥੇ ਆ, ਪਰ ਉਹਨਾਂ ਘਰ 'ਚ ਖੁੱਲ੍ਹਿਆ ਇੱਕ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਨਾਮ ਸੀ, ਸਰਪੰਚ ਨਹੀਂ ਕਹਿੰਦੇ ਉਹਨਾਂ ਨੂੰ। ਅੱਛਾ ਜੀ, ਕਿੱਥੇ ਕਰਕੇ ਰਹਿੰਦੇ? ਵਿਜੇਨਗਰ 'ਚ। ਵਿਜੇਨਗਰ 4 ਲੋਕਲ ਲਿਖਿਆ ਉਹਨਾਂ ਦੇ ਬੈਕ ਸਾਈਡ ਹੀ ਆ, ਦੁਕਾਨ ਹੀ ਅੱਗੇ। ਕਦੋਂ ਦਾ ਵਾਕਿਆ ਹੈ, ਕੀ ਹੋ ਗਿਆ? ਥੋੜ੍ਹੇ ਦਿਨ ਹੋਏ। ਕਿੰਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆ ਹੈਗਾ, ਤੁਸੀਂ ਆਪਰੇਸ਼ਨ ਕਰਾਉਣ ਗਏ? 18 ਦਾ। 18 ਦਾ ਪੁਲਿਸ ਨੂੰ ਕੰਪਲੇਂਟ ਕੀਤੀ ਇਸ ਬਾਰੇ? ਹਾਂਜੀ, ਅੱਜ। ਹੁਣ ਕੀ ਕਾਰਵਾਈ ਦੀ ਮੰਗ ਚਾਹੁੰਦੇ ਤੁਸੀਂ? ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਮੇਰੇ ਵਾਸਤੇ। ਅਤੇ ਤੁਸੀਂ ਜਦੋਂ ਕੱਟ ਲੱਗਿਆ ਤੁਹਾਡੇ, ਤੁਸੀਂ ਕਿੱਥੇ ਇਲਾਜ ਕਰਵਾਉਣ ਲਈ ਗਏ, ਕਿੱਥੇ ਪਹੁੰਚੇ? ਸਿਵਲ 'ਚ ਗਏ ਸੀ, ਉਹਨਾਂ ਨੇ ਰੈਫਰ ਕੀਤਾ ਸੀ ਮੈਨੂੰ ਗੁਰੂ ਨਾਨਕ 'ਚ, ਅਤੇ ਗੁਰੂ ਨਾਨਕ ਵਾਲਿਆਂ ਨੇ ਹੱਥ ਨਹੀਂ ਪਾਇਆ ਮੈਨੂੰ। ਉਸ ਤੋਂ ਬਾਅਦ ਕਿੱਧਰ ਗਏ ਫਿਰ? ਉਸ ਤੋਂ ਬਾਅਦ ਬਟਾਲੇ ਸਿਵਲ 'ਚ ਲੈ ਕੇ ਗਏ, ਸਿਵਲ ਵਾਲਿਆਂ ਨੇ ਰੈਫਰ ਕਰਤਾ ਬੀਬੀ ਨਾਨਕੀ। ਬੀਬੀ ਨਾਨਕੀ? ਹਾਂਜੀ। ਉੱਥੇ ਤੁਹਾਡਾ ਟ੍ਰੀਟਮੈਂਟ ਹੋਇਆ? ਹਾਂਜੀ, ਟ੍ਰੀਟਮੈਂਟ ਹੋਇਆ, ਬਹੁਤ ਵਧੀਆ ਆ। ਤੁਹਾਨੂੰ ਬੀਬੀ ਨਾਨਕੀ ਤੋਂ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਕੱਟ ਲੱਗਿਆ ਹੋਇਆ? ਹਾਂਜੀ ਹਾਂਜੀ। ਤੁਸੀਂ ਉਸ ਤੋਂ ਬਾਅਦ ਕੰਪਲੇਂਟ ਕੀਤੀ ਥਾਣੇ? ਹਾਂਜੀ। ਜਿਹਦੇ ਕੋਲ ਤੁਸੀਂ ਆਪਣਾ ਵਿਜੇਨਗਰ, ਉਸ ਤੋਂ ਬਾਅਦ ਉਹਨੇ ਤੁਸੀਂ ਕਿਹਾ ਕਿ ਤੂੰ ਇਸ ਤਰ੍ਹਾਂ ਗਲਤ ਕੀਤਾ? ਹਾਂਜੀ, ਅਸੀਂ ਫੋਨ ਕੀਤਾ, ਉਹਨਾਂ ਨੇ ਫੋਨ ਵੀ ਨਹੀਂ ਚੁੱਕਿਆ। ਕੀ ਕਹਿੰਦੇ, ਕੋਈ ਗੱਲ ਤੁਹਾਡੀ ਗੱਲ ਨਹੀਂ ਉਸ ਤੋਂ ਬਾਅਦ? ਨਹੀਂ, ਕੋਈ ਗੱਲ ਨਹੀਂ। ਹੁਣ ਪੁਲਿਸ ਕੋਲ ਕੀ ਮੰਗ ਕਰਦੇ ਤੁਸੀਂ? ਪੁਲਿਸ ਤੋਂ ਇਹ ਮੰਗ ਕਰਦੇ ਆ ਕਿ ਇਨਸਾਫ ਕਰੇ। ਹਾਂਜੀ, ਕੀ ਗੱਲ ਹੋਈ ਹੈ ਜੀ? ਬੇਟੀ ਮੇਰੀ ਦਾ ਦੇਣਾ ਹੀ ਥੋੜ੍ਹਾ ਜਿਹਾ ਟਾਈਮ, ਅਤੇ ਮੁੰਡਾ ਲੈ ਗਿਆ ਉੱਥੇ ਵਿਜੇਨਗਰ, ਵਿਜੇਨਗਰ ਕਦੋਂ ਖੜੀ ਸਫਾਈ ਕਰਾ ਕੇ ਲਿਆਇਆ। ਕੁੜੀ ਹੋਸ ਖੋਸ, ਮੈਂ ਇਹਨੂੰ ਇਹੋ ਕਹੀ ਜਾਂਦੀ, ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਬਚਾ। ਕੁੜੀ ਨੂੰ ਦੋ ਦਿਨ ਇਹਨੇ ਖਾਧਾ ਪੀਤਾ, ਤੀਜੇ ਦਿਨ ਇਹਦੇ ਪੇਟ ਫੁੱਲਣੇ ਚਾਲੂ ਹੋ ਗਏ, ਅਤੇ ਉਹ ਅੰਦਰ ਪਤਾ ਨਹੀਂ ਟੱਕ ਲੱਗੇ ਕੀ ਹੋਇਆ ਬੱਚੇਦਾਨੀ ਦੇ। ਬੜੇ ਧੱਕੇ ਪੁੱਤੇ ਸੀ ਹਸਪਤਾਲਾਂ ਵਿੱਚ, ਬੜੇ ਧੱਕੇ ਮੈਂ ਖਾਧੇ, ਚੁੱਕ ਕੇ ਹੱਥਾਂ 'ਤੇ ਲਈ ਫਿਰਦੇ ਰਹੇ। ਨਹੀਂ ਸਾਡੀ ਕਿਸੇ ਨੇ ਸੁਣਾਈ ਕੀਤੀ, ਕਹਿੰਦੇ ਖਤਰਾ ਖਤਰਾ, ਨਹੀਂ ਕਿਸੇ ਨੇ ਸੁਣਾਈ ਕੀਤੀ। ਫਿਰ ਇਹਨੇ ਆਪਣੇ ਪਿੰਡ ਲੈ ਗਿਆ, ਉੱਥੇ ਡਾਕਟਰ ਕੋਲ ਇਹਨੇ ਹੱਥ ਪਵਾਇਆ ਘਰ ਵਿੱਚ, ਉਹਨੇ ਗਲੂਕੋਜ਼ ਚੜ੍ਹਾਇਆ, ਕੁੜੀ ਸੁੱਤੀ ਰਹੀ ਦਿਨੇ, ਫਿਰ ਕੁੜੀ ਦਾ ਪੇਟ ਫੁੱਲ ਗਿਆ। ਕੁੜੀ ਉੱਚੀ ਉੱਚੀ ਮੈਨੂੰ ਕਹੀ ਗਈ, ਮੰਮੀ ਮੇਰਾ ਢਿੱਡ ਫੁੱਲ ਗਿਆ, ਮੇਰੇ ਢਿੱਡ ਵਿੱਚ ਕਾਚੂ ਮਾਰ, ਮੇਰੇ ਆਹ ਮਾਰ। ਉੱਥੋਂ ਮੈਂ ਇੱਦਾਂ ਸੜੀ ਖਬੀਲ ਆ ਗਈ ਹਸਪਤਾਲ ਬਟਾਲੇ, ਉਹਨਾਂ ਨੇ ਵੇਖੀ ਇਹਦੀ ਹਾਲਤ, ਮੈਨੂੰ ਵੇਖਿਆ ਰੋਂਦੀ ਨੂੰ, ਆਉਂਦਾ ਕੋਈ ਨਹੀਂ ਤੇਰੀ ਧੀ ਦਾ ਇਲਾਜ ਉੱਥੇ ਬੇਬੇ ਨਾਨਕੀ ਹੋ ਜੂਗਾ। ਉੱਥੋਂ ਚੁੱਕੀ ਅਤੇ ਇੱਥੇ ਲੈ ਆਉਂਦੀ ਬੇਬੇ ਨਾਨਕੀ। 5-6 ਦਿਨ ਇੱਦਾਂ ਧੱਕੇ ਖਾਧੇ ਮੈਂ, ਮੇਰੀ ਧੀ ਨਾਲ ਇੰਨੀ ਉਹਨੇ ਹੱਤਿਆ ਕੀਤੀ, ਮੇਰੀ ਧੀ ਦੇ ਅੰਦਰ ਕੱਟ ਲਾ ਦਿੱਤੇ। ਅਤੇ ਹੁਣ ਥਾਣੇ ਗਏ, ਥਾਣੇ ਵਾਲੇ ਸਾਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ, ਪੈਸੇ ਚਾਹੁੰਦੇ? ਨਹੀਂ, ਮੈਂ ਪੈਸੇ ਨਹੀਂ ਚਾਹੁੰਦੀ,
ਮੈਨੂੰ ਆਹ ਚਾਹੀਦਾ ਮੇਰੀ ਧੀ ਦਾ ਕਿੱਦਾਂ ਹਾਲਤ ਉਹਨੇ ਕੀਤੀ ਨਾ, ਜਾਂ ਹੋਰ ਧੀ ਨਾ ਹੋਵੇ, ਕਹਿੰਦੀ ਹੋਰ ਧੀ ਨਾ ਅੰਦਰ ਅੰਦਰ ਮਾਰ ਦੇਵੇ ਉਹ ਮੇਰੀ ਧੀ ਦੇ ਨਿੱਕੇ ਨਿੱਕੇ ਬੱਚੇ 4 ਸਾਲ ਦੇ, ਘਰੋਂ ਘਰੀ ਲੋਕਾਂ ਦੇ ਮੈਂ ਸੁੱਟ ਕੇ ਧੀ ਲੈ ਕੇ ਤੁਰੇ ਫਿਰਦਾ ਰਹਾਂ, ਦੀ ਬਾਤ ਨਹੀਂ ਪੁੱਛਦਾ, ਕੋਈ ਪੈਸਾ ਮੰਗ ਲੈ, ਕੋਈ ਮੇਰਾ ਸਾਰਾ ਨਹੀਂ, ਮੇਰੀ ਧੀ ਸਾਰਾ ਬਸ ਫੋਨ ਕੰਨ ਨਾ ਉਹਨੇ ਲਾ ਕੇ ਘਰ ਵਾਲੇ ਨੂੰ ਕਹਿੰਦੀ ਸੀ ਵੀ ਕਿੱਥੇ ਆਉਂਦੇ ਆ, ਮੈਂ ਫਲਾਨੇ ਜਗ੍ਹਾ, ਮੈਂ ਢਿਮਕੜੀ ਜਗ੍ਹਾ, ਕੁੜੀ ਦੀ ਸਫਾਈ ਕਰਦੀ ਗਈ, ਉਹ ਬਸ ਫੋਨ ਨੇ ਮੇਰੀ ਧੀ ਦੀ ਵੱਢ ਟੁੱਕ ਕਰ ਦਿੱਤੀ ਅੰਦਰੋਂ, ਮੁੰਡਾ ਬਾਹਰ ਆਉਂਦਾ ਮੈਂ ਡਾਡਾ ਸੁਣਦਾ, ਮੈਂ ਵੀ ਰੋਂਦਾ, ਲੱਤਾਂ ਬੰਨੀਆਂ ਮੇਰੀ ਧੀ ਦੀਆਂ, ਉਹਨੇ ਰੱਸੀ ਨਾਲ ਸਫਾਈ ਕੀਤੀ ਆ, ਤਾਂ ਵੀ ਨਹੀਂ ਉਹਨੇ ਚੱਜ ਨਾ ਕੀਤੀ, ਵੱਢ ਟੁੱਕ ਕਰਕੇ ਮੇਰੀ ਧੀ ਨੂੰ ਘਰ ਖਲਾ ਦਿੱਤਾ। ਬੇਬੇ ਨਾਨਕੀ ਵਾਲਿਆਂ ਮੇਰੀ ਬੜੀ ਹੈਲਪ ਕੀਤੀ, ਉਹਨਾਂ ਮੇਰੀ ਦਵਾਈ ਵੀ ਕਰਾਈ, ਟੀਕੇ ਵੀ ਲਵਾਏ, ਮੇਰੀ ਧੀ ਨੂੰ ਇੱਥੋਂ ਤੱਕ ਪਹੁੰਚਾਇਆ ਖਤਰਿਆਂ, ਕਿਆ ਦੂਰ ਵਾ ਪਰ ਮੈਨੂੰ ਹਾਲੇ ਖਤਰਾ ਦੇਖਦਾ, ਮੇਰੀ ਧੀ ਨੂੰ ਕਿੰਨਾ ਚਿਰ ਤੁਰਦੀ ਫਿਰਦੀ, ਬੱਚੇ ਮੈਂ ਲੋਕਾਂ ਦੇ ਘਰ ਛੱਡ ਛੱਡ ਬੱਚੇ ਆਪਣੀ ਧੀ ਨੂੰ ਲੈ ਕੇ ਫਿਰਦੀ ਰਹੀ, ਬੱਚਿਆਂ ਦੀ ਕੇਅਰ ਨਹੀਂ ਮੈਂ ਕੀਤੀ, ਪਰ ਅੱਜ ਮੇਰੀ ਧੀ ਨਾ ਹੋਇਆ ਕੱਲ੍ਹ ਕੇ ਹੋਰ ਧੀ ਨਾ ਵੀ ਕੋਈ ਕਰੂਗਾ, ਪਰ ਆਹ ਬੰਦ ਗਵਰਨਮੈਂਟ ਨੂੰ ਕਰਾਉਣਾ ਚਾਹੀਦਾ, ਕਿਹੜੇ ਘਰਾਂ ਵਿੱਚ ਸਫਾਈਆਂ ਕਰਦੀਆਂ, ਚਲੋ ਅਸੀਂ ਅਨਪੜ੍ਹ ਵਾਂ, ਅਸੀਂ ਨਹੀਂ ਕੇਅਰ ਕੀਤੀ, ਹਸਪਤਾਲ ਗਏ ਸਾਡੀ ਗਲਤੀ, ਪਰ ਉਹਦੀ ਤਾਂ ਨਹੀਂ ਗਲਤੀ ਕਿ ਨਹੀਂ ਆਇਆ, ਮੇਰੀ ਧੀ ਦੀਆਂ ਆਮਦਨਾਂ ਘੱਟ ਦਿੱਤੀਆਂ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ, ਮੈਨੂੰ ਉਹਦੇ ਬਹੁਤ ਮੇਰੇ ਧੀ ਨੂੰ ਉਹਨੇ ਦੁਖੀ ਕੀਤਾ, ਬਸ ਮੇਰਾ ਇਹੋ ਹੱਥ ਜੋੜ ਕੇ ਵੀ ਕਿਹਾ ਧੀ ਦੀ ਆ ਡੰਡ ਨਾ ਲਾ ਦੇ, ਬਸ ਇੱਕੋ ਮੇਰੀ ਧੀ, ਇੱਕੋ ਮੇਰਾ ਘਰ ਵਸਿਆ, ਮੇਰੇ ਧੀ ਜਿਹਾ ਨਾ, ਮੇਰਾ ਸਾਰਾ ਕੋਈ ਨਹੀਂ, ਪੁੱਤ ਨਹੀਂ ਮੇਰਾ ਕੋਈ, ਕੋਈ ਕਮਾਊ ਵਾਲਾ ਨਹੀਂ ਮੇਰਾ, ਬਸ ਕਾਰਵਾਈ ਕਰੋ, ਜਿਹੜਾ ਮੇਰੇ ਹੱਕ ਦੇ ਹੱਕ ਮੰਦੇ ਬੜੇ ਮੇਰੀ। ਪੂਜਾ ਮੋਕਮਪੁਰ ਏਰੀਏ ਦੇ ਰਹਿਣ ਵਾਲੇ ਆ, ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ, ਬੇਬੀ ਹੋਣ ਵਾਲਾ ਸੀ, ਇਹਨਾਂ ਨੇ ਕੋਈ ਇੱਥੇ ਨਰਸ ਦੱਸਦੇ ਆ, ਉਹਨਾਂ ਦਾ ਮੇਰੇ ਕੋਲ ਨਾਂ ਨਹੀਂ, ਇਹਨਾਂ ਨੂੰ ਵੀ ਨਹੀਂ ਪਤਾ ਨਾਂ ਦਾ, ਇਹਨਾਂ ਨੇ ਕੰਪਲੇਂਟ ਆਈ ਆ, ਉਹਦੇ 'ਚ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ, ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨ ਦਾ ਜਾਂ ਕਿਵੇਂ ਆ, ਉਹਨੂੰ ਵੈਰੀਫਾਈ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊ। ਸਰ ਉਹ ਤੋਂ ਸਰੇਆਮ ਉਹਨਾਂ ਨੂੰ ਧਮਕੀਆਂ ਦੇ ਰਹੇ ਵੀ ਜਿੱਥੇ ਜਾਣਾ ਤੁਸੀਂ ਚੱਲ ਜਾਓ, ਜੋ ਮਰਜ਼ੀ ਕਰ ਲਓ ਤੁਸੀਂ, ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਨਾ, ਹੁਣ ਅਸੀਂ ਵੈਰੀਫਾਈ ਕਰਾਂਗੇ ਜਦੋਂ ਆਪੂਗੀ ਦੋਵੇਂ ਪਾਰਟੀਆਂ ਸਾਹਮਣੇ ਬਹਿਣਗੀਆਂ ਫਿਰ ਹੀ ਵੈਰੀਫਾਈ ਹੋਊਗਾ, ਇਹ ਹੁਣ ਕਹਿ ਰਹੇ ਵੀ ਅਸੀਂ ਗਏ ਹਾਂ, ਇਹ ਉਹਨਾਂ ਤੋਂ ਪੈਸਿਆਂ ਦੀ ਜਾਂ ਕੋਈ ਜੋ ਵੀ ਸਿਸਟਮ ਹੋਊਗਾ ਕਰਦੇ ਨੇ ਖਰਚਾ ਹੋਇਆ। ਕੋਰਟ ਵਿੱਚ ਆਇਆ ਜੀ ਬੇਬੇ ਨਾਨਕੀ 'ਚ ਉਹਨਾਂ ਨੇ ਦਿਖਾਇਆ, ਅਗਰ ਕੋਰਟ ਵਿੱਚ ਆਇਆ ਵੀ ਬੱਚੇਦਾਨੀ 'ਚ ਜਿਹੜਾ ਕੱਟ ਲੱਗ ਗਿਆ ਨਾ, ਤਾਂ ਸ਼੍ਰੀਮਾਨ ਜੀ ਮੈਂ ਹਲੇ ਰਿਪੋਰਟ ਵੇਖੀ ਆ ਅਤੇ ਨਾ ਮੈਨੂੰ ਕਿਸੇ ਗੱਲ ਦਾ ਪਤਾ ਵਾ, ਜਦੋਂ ਆਪਾਂ ਵੈਰੀਫਾਈ ਕਰਾਂਗੇ ਮੈਟਰ, ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹਾਲਾਤ ਸਾਹਮਣੇ ਆਉਣਗੇ, ਜੇ ਤੱਕ ਕਸੂਰ ਉਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ।